ਬਾਜੀਆਂ ਵੇ ਜਿਹੜੇ ਰਹਿੰਦੇ ਆ ਕਰਾਉਂਦੇ ਨੀ ਭੱਜੇ ਕੁੜੇ ਆਉਂਦੇ ਕਢਾਉਂਦੇ ਫਿਰ ਲੰਬ ਹੁੰਦੇ ਆ ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ ਜੱਟ ਹੁੰਦੇ ਆ ਨੀ ਇਹ ਜੱਟ ਹੁੰਦੇ ਆ ਹਾਂਜੀ ਬਾਬਿਓ ਕੀ ਹਾਲ ਚਾਲ ਹੈ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਔਨ ਜੱਟ ਲਾਈਵ ਟੀਵੀ ਮੈਂ ਤੁਹਾਡਾ ਭਰਾ ਜਸਪ੍ਰੀਤ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦੇ ਲਈ ਅਤੇ ਆਪਾਂ ਬਾਈ ਜੀ ਅੱਜ ਆਪਣਾ ਸਕੂਟਰ ਕੱਢਿਆ ਸੀਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਿਨ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਅਤੇ ਇਸ ਟਾਈਮ ਆ ਚੈੱਕ ਕਰੋ ਬਾਈ ਓਲਡ ਸਕੂਲ ਬਿਲਡਿੰਗ ਕਰੋ ਗੱਲ ਲੱਗਦਾ ਹੈ ਕੈਨੇਡਾ ਕਿਸੇ ਪੱਖੋਂ ਆਪਾਂ ਇਸ ਟਾਈਮ ਹੈਗੇ ਹਾਂ ਜੀ ਕੈਂਸਰ ਸਿਟੀ ਦੇ ਵਿੱਚ ਅਤੇ ਮੈਂ ਇੱਥੇ ਲੋਡ ਲੈ ਕੇ ਆਇਆ ਸੀਗਾ ਤਾਂ ਲੋਡ ਆਪਾਂ ਲਾ ਤਾ ਜੀ ਟਰੱਕ ਨੂੰ ਆਪਾਂ ਟਰੱਕ ਸਟੋਪ 'ਤੇ ਖੜਾ ਤਾ ਅਤੇ ਆਪਣਾ ਜਿਹੜਾ ਸਕੂਟਰ ਆ ਨਾ ਜੀ ਆਪਾਂ ਆਪਣਾ ਸਕੂਟਰ ਕੱਢ ਲਿਆ ਸਕੂਟਰ 'ਤੇ ਹੁਣ ਚੱਲੇ ਹਾਂ ਆਪਾਂ ਡਾਊਨ ਟਾਊਨ ਕੈਂਸਰ ਸਿਟੀ ਜੋ ਕਿ ਇੱਧਰਲੀ ਸਾਈਡ ਹੈਗਾ ਹਾਰਡਲੀ 2 ਕਿਲੋਮੀਟਰ ਦਾ ਰਾਹ ਰਹਿ ਚੁੱਕਿਆ ਅਤੇ ਬਾਈ 2 ਕਿਲੋਮੀਟਰ ਦੇ ਬਾਅਦ ਆਪਾਂ ਇੱਥੇ ਕੇਸ ਕਰਕੇ ਆਏ ਹਾਂ ਆਪਣਾ ਰੀਜ਼ਨ ਕੀ ਹੈ ਇੱਥੇ ਆਉਣ ਦਾ ਕਿਉਂਕਿ ਇੱਥੇ ਇਸ ਸਿਟੀ ਦੇ ਵਿੱਚ ਬਹੁਤ ਹੀ ਹਿਸਟੋਰੀਕਲ ਪਲੇਸ ਹੈਗਾ ਜੀ ਇੱਕ ਵਰਲਡ ਵਾਰ 1 ਦਾ ਮਿਊਜ਼ੀਅਮ ਸੋ ਜਿਹੜੀ ਵਰਲਡ ਵਾਰ 1 ਹੋਈ ਸੀਗੀ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਮਿਊਜ਼ੀਅਮ ਹੈਗਾ USA ਦੇ ਵਿੱਚ ਜ਼ਿਆਦਾ ਟਾਈਮ ਆਪਾਂ ਨਹੀਂ ਲੈਂਦੇ ਹੁਣ ਚੱਲਦੇ ਹਾਂ ਆਪਣੇ ਸਕੂਟਰ ਨੂੰ ਕਰਦੇ ਹਾਂ ਸਟਾਰਟ ਅਤੇ ਕੈਮਰੇ ਨੂੰ ਇੱਥੇ ਮਾਊਂਟ ਕਰ ਦਿੰਦੇ ਹਾਂ ਕਰੋ ਚੱਕ ਹੈ ਆਉਂਦੇ ਹੋਏ ਤਾਂ ਬਾਈ ਮੈਂ ਸਕੂਟਰ 'ਤੇ ਆ ਗਿਆ ਪਰ ਜਾਂਦੇ ਹੋਏ ਪਲਾਨ ਮੇਰਾ ਇਹੀ ਹੈ ਕਿ ਆਪਾਂ ਬੱਸ 'ਤੇ ਜਾਣਾ ਆ ਜਿੱਦਾਂ ਦੀ ਉਹ ਬੱਸ ਆ ਅਤੇ ਜਾਂ ਊਬਰ ਕਰਾ ਲਾਂਗੇ ਕੈਮਰਾ ਆਪਾਂ ਕਰਤਾ ਜੀ ਮਾਊਂਟ ਅਤੇ ਹੁਣ ਆਪਾਂ ਚਾੜ ਦੇਣਾ ਜੀ ਟਰੱਕ ਚਾੜ ਦੇਣਾ ਜੀ ਰੋਡ 'ਤੇ ਕਰੋ ਗੱਲ ਬਹੁਤ ਸੋਹਣਾ ਜਿਹਾ ਏਰੀਆ ਯਾਰ ਹੈ ਨਾ ਇਹਦੇ ਲਾਗਦਨ ਸਾਈਡ ਤੋਂ ਹੋਣਾ ਇੱਥੋਂ ਚੈੱਕ ਕਰਿਓ ਕਰੋ ਗੱਲ ਕਿਆ ਬਾਤਾਂ ਬਾਈ ਕਿਆ ਬਾਤਾਂ ਅਤੇ ਹੁਣ ਆਪਾਂ ਜਾਣਾ ਕਿੱਥੇ ਇੱਥੋਂ ਮੈਂ ਆਪ ਵੀ ਵੇਖ ਲਈਏ ਨਾ ਹਾਂਜੀ ਅਤੇ ਹੁਣ ਆ ਲੋਹ ਬ੍ਰਿਜ ਤੋਂ ਜਾਵਾਂਗੇ ਬਾਈ ਟਰੱਕ ਲੈ ਕੇ ਜੇ ਇੱਥੇ ਆਉਂਦੇ ਕਿਤੇ ਨਹੀਂ ਆਇਆ ਜਾਣਾ ਸੀਗਾ ਓਏ ਅਤੇ ਹੁਣ ਆਪਾਂ ਆ ਚੁੱਕੇ ਹਾਂ ਜੀ ਬਿਲਕੁਲ ਡਾਊਨ ਟਾਊਨ ਦੀ ਜੂਹ 'ਚ ਵੜ ਚੁੱਕੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਗੰਦਾ ਏਰੀਆ ਖਤਮ ਹੋ ਚੁੱਕਿਆ ਆ ਇੰਡਸਟਰੀਅਲ ਏਰੀਆ ਖਤਮ ਹੋ ਚੁੱਕਿਆ ਹੁਣ ਇੱਥੋਂ ਅੱਗੇ ਹੈਗਾ ਜੀ ਡਾਊਨ ਟਾਊਨ ਕੈਂਸਸ ਸਿਟੀ ਵਾਲਾ ਕਿ ਮਜ਼ੂਰੀ ਵਾਲਾ ਇਹ ਭਾਈ ਦੋਵੇਂ ਟਾਊਨ ਪੈਂਦੇ ਆ ਦੇਖ ਲਓ ਬੱਸ ਦੀ ਕਹਿੰਦੇ ਬੱਸ ਦੀ ਸਪੀਡ 'ਤੇ ਜਾਂਦਾ ਇਹ ਤੇਰੇ ਯਾਰ ਦਾ ਸਕੂਟਰ ਨਹੀਂ ਹਾਂਜੀ ਅਤੇ ਹੁਣ ਆਪਾਂ ਚੜ੍ਹ ਕੇ ਬਾਈ ਇੱਥੇ ਆ ਗਏ ਤਾਂ ਆ ਗਏ ਪੂਰਾ ਕਹਿੰਦੇ ਹਿੱਲ ਜੀ ਹੈਗੀ ਆ ਛੋਟੀ ਜੀ ਪਰ ਇੱਥੋਂ ਜਿਹੜਾ ਵਿਊ ਆ ਨਾ ਜੀ ਪੂਰੇ ਸ਼ਹਿਰ ਦਾ ਵਿਊ ਦੇਖਦਾ ਆ ਆਹ ਆਪਣਾ ਹੈਗਾ ਵਰਲਡ ਵਾਰ 1 ਦਾ ਮਿਊਜ਼ੀਅਮ ਅਤੇ ਇੱਥੇ ਹੈਗੀ ਆ ਆਪਣੀ ਜੀ ਆਈ ਥਿੰਕ ਯੂਨੀਅਨ ਸਟੇਸ਼ਨ ਜਿਹੜਾ ਤੁਸੀਂ ਅਗਲਾ ਏਰੀਆ ਦੇਖ ਸਕਦੇ ਹੋ ਉਹ ਸਾਰਾ ਡਾਊਨ ਟਾਊਨ ਦਾ ਏਰੀਆ ਉੱਥੇ ਵੀ ਗੇੜੀ ਗੁੜੀ ਮਾਰ ਕੇ ਆਵਾਂਗੇ ਪਰ ਹਜੇ ਪਲਾਨ ਇੱਦਾਂ ਕਿ ਘਾਹ 'ਚੋਂ ਆਪਾਂ ਜਾਣਾ ਉਹ ਪਰਤਾਂ ਤੱਕ ਮੁੜ ਕੇ ਹੀ ਪਹੁੰਚਿਆ ਜਾਣਾ ਉੱਥੇ ਮਿਊਜ਼ੀਅਮ ਤੱਕ ਗੱਲ ਕਰਦੇ ਹਾਂ ਕਹਿੰਦੇ ਹੈ ਨਾ ਟਰੈਕਿੰਗ ਦੇ ਨਾਲ ਨਾਲ ਕਿੱਦਾਂ ਤੁਸੀਂ ਫਨ ਕਰ ਸਕਦੇ ਹੋ ਬਾਈ ਇੱਦਾਂ ਤੁਸੀਂ ਫਨ ਕਰ ਸਕਦੇ ਹੋ ਟਰੱਕ ਪਾਰਕ ਕਰਕੇ ਸਕੂਟਰ ਲਿਆ ਕੇ ਨੈਸ਼ਨਲ ਵਰਲਡ ਵਾਰ ਮਿਊਜ਼ੀਅਮ ਦੇ ਅੰਦਰ ਆਪਾਂ ਹੁਣ ਚੱਲੇ ਹਾਂ ਬਾਈ ਜੀ ਇੱਥੋਂ ਇਹਨਾਂ ਦੀਆਂ ਟਿਕਟਾਂ ਮਿਲਦੀਆਂ ਇੱਥੋਂ ਹੁਣ ਆਪਾਂ ਜਾਵਾਂਗੇ ਆਪਣੇ ਸਕੂਟਰ ਨੂੰ ਲੈ ਕੇ ਉਹ ਵੇਖਦੇ ਹਾਂ ਸਕੂਟਰ ਨੂੰ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਨਹੀਂ ਜਾਣ ਦੇਣਗੇ ਆਪਣੇ ਕੋਲ ਅਗਲਾ ਯੰਤਰ ਵੀ ਹੈਗਾ ਇੱਥੇ ਕਿਤੇ ਆਪਾਂ ਬੰਨ ਜਾਣਾ ਵਧੀਆ ਲੌਕ ਕਰਕੇ ਸਕੂਟਰ ਨੂੰ ਹੁਣ ਚੱਲਦੇ ਹਾਂ ਵੇਖਦੇ ਹਾਂ ਬਾਈ ਕੀ ਸਿਸਟਮ ਅੰਦਰ ਕਿੰਨੇ ਦੀ ਟਿਕਟ ਆ ਜਿੱਦ ਤੱਕ ਮੈਂ ਇੱਕ ਗੋਰੀ ਜਾਂਦੀ ਸੀ ਉੱਧਰ ਉਹਨੂੰ ਪੁੱਛਿਆ ਆਉਂਦੀ ਕਿ ਬਾਈ $18 ਦੀ ਟਿਕਟ ਆ ਪਰ ਮੈਂ ਕਿਹਾ ਐਵਰੀ ਸੈਂਟ ਵਰਥ ਇਟ ਆ ਕਿਉਂਕਿ ਮੈਂ ਵੀ ਜਾਣਨਾ ਚਾਹੁੰਦਾ ਔਰ ਜਿੱਥੇ ਤੱਕ ਆਪਾਂ ਨੂੰ ਪਤਾ ਆ ਵਰਲਡ ਵਾਰ 1 ਹੋਵੇ ਜਾਂ ਵਰਲਡ ਵਾਰ 2 ਹੋਵੇ ਜਿਹੜੇ ਸਿੱਖ ਸੋਲਜਰ ਸੀਗੇ ਆਪਣੇ ਇੰਡੀਆ ਦੇ ਉਹਨਾਂ ਨੇ ਵੀ ਫਾਈਟ ਕੀਤਾ ਸੀ ਤਾਂ ਮੈਂ ਉਹੀ ਵੇਖਣਾ ਚਾਹੁੰਦਾ ਕਿ ਬਾਈ ਕੀ ਸਿਸਟਮ ਹੈਗਾ ਵੀ ਇਹ ਸਿਸਟਮ ਕਿ ਨਹੀਂ ਹੈ ਨਾ ਚਲੋ ਅੱਜ ਚੱਲਦੇ ਹਾਂ ਸੋ ਹੁਣ ਕਹਿੰਦੇ ਮਾਸਕ ਪਾਉਣਾ ਪੈਣਾ ਚਲੋ ਜੀ ਸਾਡਾ ਭਰਾ ਵੀ ਮਾਸਕ ਲੈ ਕੇ ਆਇਆ ਸੀ ਜੇ ਮਾਸਕ ਇੱਥੇ ਤੁਹਾਡੇ ਕੋਲ ਜੇ ਮਾਸਕ ਇੱਥੇ ਤੁਹਾਡੇ ਕੋਲ ਨਾ ਵੀ ਹੋਵੇ ਅਗਲੇ ਦੇ ਹੀ ਦਿੰਦੇ ਯਾਰ ਇੱਡਾ ਨਹੀਂ ਕੋਈ ਚੱਕਰ ਨਾ ਟਿਕਟਸ ਇਨ ਹੈਂਡ ਪਰਚੇਸ ਟਿਕਟ ਓਕੇ ਨਹੀਂ ਤਾਂ ਆਪਾਂ ਚੱਲਦੇ ਹਾਂ ਜੀ ਅੰਦਰ ਵੇਖਦੇ ਹਾਂ ਜਾ ਕੇ ਬਾਈ ਕੀ ਸਿਸਟਮ ਹੈ ਇਹਨਾਂ ਦਾ ਕੀ ਨਹੀਂ ਹੈ ਚਲੋ ਜੀ ਸੋ ਹੈ ਹਾਓ ਯੋ ਆਈ ਨੀਡ ਟੂ ਬਾਏ ਟਿਕਟ ਓਕੇ ਓਕੇ Is there any chance I can lock it over there at guest service? Checking things right now. Guest service is due to the coronavirus. Oh, so just anywhere at those stairs I can do it? Yeah, so if you actually, if you go up this ramp, there's like a bike ramp at the top where you could actually like go up, get in. Yeah. So it's supposed to be unlocked. Yeah, yeah, yeah. It's just at the top of this ramp. Sure. Right, yeah, so that would be easier, yeah. No problem at all. But then when you come back in, you're just going to head over here, check it in, and look at your square device. Oh, sure. So how much it cost? It's $18. $18? Sure. Thank you. You're I'll be welcome. Back. Chalo, ji. Kehnde, bhai, scooter bahar la ke aao. Chalo, ji.
ਤੇ ਪਲਾਨ ਮੇਰਾ ਮੈਨੂੰ ਇਹ ਕਹਿੰਦਾ ਹੈ ਕਿ ਬਾਈ ਰੈਦਰ ਦੈਨ ਹੋਰ ਕਿਤੇ ਜਾ ਕੇ ਪਾਰਕ ਕਰਨ ਤੇ ਕਿ ਉੱਤੇ ਹੀ ਪਾਰਕ ਕਰਾਈਏ ਉਹ ਕਰਿਆਨੇ ਵੇਖੀ ਜਾਊਗੀ ਕੀ ਹੋ ਗਿਆ ਫਿਰ ਵੱਧ ਤੋਂ ਵੱਧ ਸਾਲਾ ਕੋਈ ਲੈ ਜੂਗਾ ਹੈ ਕੀ ਹੋ ਜੂਗਾ ਮਰ ਥੋੜ੍ਹੀ ਜਾਵਾਂਗੇ ਚਲੋ ਜੀ ਚੱਲ 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 ਇਸ ਬਾਈਕ ਰੈਕ 'ਤੇ ਆਪਾਂ ਬੰਨ੍ਹ ਦਿੰਦੇ ਹਾਂ ਆਪਣੇ ਸਕੂਟਰ ਨੂੰ ਅਤੇ ਜੋ ਕਿ ਐਡਾ ਕੋਈ ਰੌਲਾ ਨਹੀਂ ਹੋਣਾ ਮੀਂਹ ਇੱਥੇ ਪੈਣਾ ਨਹੀਂ ਹੁਣ ਬੜੇ ਤਰੀਕੇ ਦੇ ਨਾਲ ਬੰਨਾਂਗੇ ਦੇਖਦੇ ਚੱਲੋ ਬਾਈ ਬਸ ਕਰੋ ਗੱਲ ਸਕੂਟਰ ਨੂੰ ਆਪਾਂ ਇੱਥੇ ਲਾ ਕੇ ਨਾ ਆਏ ਠੀਕ ਹੈ ਤਾਂ ਹੀ ਲੌਕ ਜਾਕ ਕੀਤਾ ਤੁਸੀਂ ਬਾਬੇ ਉਹ $1,200 ਦੀ ਇੰਸ਼ੋਰੈਂਸ ਆ ਜੇ ਇਹ ਲੌਕ ਕੱਟ ਕੇ ਕੋਈ ਲੈ ਜਾਵੇ ਯਾਰ ਦਾ ਤਾਂ ਆਪਣਾ ਸਕੂਟਰ ਨਹੀਂ ਹੈਗਾ ਹਾਂਜੀ ਬਾਬੇ ਉਹ ਕਰੋ ਚੈੱਕ ਇਹਨੂੰ ਹੁਣ ਆਪਾਂ ਕਰਤਾ ਲੌਕ ਹੁਣ ਜੇ ਭਾਈ ਹਜੇ ਵੀ ਚੋਰੀ ਹੋ ਗਿਆ ਫਿਰ ਤਾਂ ਰੱਬ ਹੀ ਰਾਖਾ ਇਸ ਦੁਨੀਆ ਦਾ ਅਤੇ ਵਧੀਆ ਸਟੈਮ ਵੀ ਲੌਕ ਹੋ ਗਿਆ ਇੱਥੋਂ ਆਹ ਵੀ ਦੋਨੇ ਪਾਸੇ ਲੌਕ ਹੋ ਗਏ ਇੱਥੋਂ ਵੀ ਲੌਕ ਹੋ ਗਿਆ ਚਲੋ ਜੀ ਹੁਣ ਚੱਲੀਏ ਟਿਕਟ ਤੁਸੀਂ ਦੇਖ ਸਕਦੇ ਹੋ ਬਾਈ $18 ਦੀ ਆਈ ਹੈ $18 ਲਾ ਲਓ ਤੁਸੀਂ US ਦੇ ਅਰਾਊਂਡ $1,100 ਅਤੇ ਇਹਨਾਂ ਦੇ ਮਿਊਜ਼ੀਅਮ ਦਾ ਸਟੋਰ ਆ ਇੱਥੇ ਆਉਂਦੇ ਹੋਏ ਆਵਾਂਗੇ ਨਾ ਪਹਿਲਾਂ ਕੈਫੇ ਤੋਂ ਜਾ ਕੇ ਬਈ ਇੱਕ ਪਾਣੀ ਦੀ ਬੋਤਲ ਚੱਕ ਲਈਏ ਕਿਉਂਕਿ ਆਪਾਂ ਪਾਣੀ ਲੈ ਕੇ ਆਏ ਸੀਗੇ ਆਪਣੇ ਉਹਦੇ ਨਾਲ ਸਕੂਟਰ ਨਾਲ ਅਤੇ ਇੱਕ ਬੰਪ ਜਿਹਾ ਆਇਆ ਅਤੇ ਆਪਣੀ ਬੋਤਲ ਬਾਈ ਉਹ ਗਈ ਵੇ ਉਹ ਗਈ ਉੱਧਰ ਕਹਿੰਦੇ ਇੱਕ ਇੰਟਰੋਡਕਟਰੀ ਮੂਵੀ ਚੱਲਦੀ ਹੈ ਪਰ ਆਪਾਂ ਉੱਧਰ ਨਹੀਂ ਜਾਣਾ ਆਪਾਂ ਜਾਣਾ ਇੱਧਰ ਉਹ ਬਾਬੇ ਉਹ ਚੈੱਕ ਕਰੋ ਅੱਛਾ ਕਿੰਨੇ ਸੋਹਣੇ ਫੁੱਲ ਆਏ ਵੇ ਥੱਲੇ ਨਾ ਲੋਬੀ ਇਹਨਾਂ ਦੀ ਹੈਗੀ ਆ ਮਿਊਜ਼ੀਅਮ ਦੀ ਪੂਰੀ ਉੱਤੋਂ ਸਨਲਾਈਟ ਅਤੇ ਨਾਲ ਹੁਣ ਆਪਾਂ ਚੱਲਦੇ ਜੀ ਨੀਡ ADA ਐਕਸੈਸ ਨਾ ਬਾਈ ਸਾਨੂੰ ਕੋਈ ਐਕਸੈਸ ਨਹੀਂ ਚਾਹੀਦਾ ਤੁਹਾਡਾ ਟਿਕਟ ਆਇਆ ਅੰਕਲ ਨੂੰ ਦੇ ਦਾਂਗੇ ਲਾਵੇ ਥੈਂਕ ਯੂ ਸੋ ਮਚ ਸਰ ਅਤੇ ਹੁਣ ਆਪਾਂ ਇੱਧਰ ਨੂੰ ਜਾਣਾ ਆ ਕਾਰ ਗੱਲ ਕਰੋ ਜੀ ਗੱਲ ਨੋ ਪ੍ਰੋਬਲਮ ਹੁਣ ਇੱਥੇ ਰਿਵਾਜ਼ ਆ ਜੀ ਇੱਕ ਦੂਜੇ ਵਾਸਤੇ ਬੂਹਾ ਖੋਲ੍ਹਣ ਦਾ ਆਪਾਂ ਖੋਲ੍ਹਤਾ ਆ ਅਤੇ ਜੇ ਆਪਾਂ ਗੱਲ ਕਰੀਏ ਹੁਣ ਐਂਟਰੈਂਸ ਦੀ ਐਂਟਰ ਹੁੰਦੇ ਸਾਰ ਭਾਈ ਲਾ ਲਓ ਸਾਹਿਬ ਕਿੰਨੀ ਸੋਹਣੀ ਵਾਈਬ ਆ ਕਹਿੰਦੇ ਰਿਸਪੈਕਟ ਸੋਸ਼ਲ ਡਿਸਟੈਂਸਿੰਗ ਕਹਿੰਦੇ ਇੱਕ ਮੋਟਰਸਾਈਕਲ ਜਿੰਨਾ ਡਿਸਟੈਂਸ ਰੱਖੋ ਅਤੇ ਆਹ ਬੰਦੂਕਾਂ ਹੁੰਦੀਆਂ ਸੀਗੀਆਂ ਵਰਲਡ ਵਾਰ ਦੇ ਵਿੱਚ ਬਾਈ ਅਸਲਾ ਆਹ ਵੇਖੋ ਫਿਰ ਤੁਸੀਂ ਨੇਕੜ ਜੀ ਗੰਨ ਆ ਨਾ ਕਿਆ ਬਾਤ ਆ ਬਈ ਇਹ ਜੈਨੂਇਨ ਯੂਜ਼ ਹੋਈਆਂ ਵੀ ਆ ਵਾਰ ਦੇ ਵਿੱਚ ਕਿਆ ਬਾਤ ਆ ਬਾਈ ਅੱਧੂ ਛੋਟੀ ਅੱਛਾ ਪਿਸਟਲ ਵੀ ਆ ਗਈ ਸੀ ਉਸ ਟਾਈਮ ਹੈ ਹੰਗੇਰੀਅਨ ਪਿਸਟਲ ਆ ਇਹ ਕਿਆ ਬਾਤ ਆ ਮਤਲਬ ਅਸਲਾ ਵੇਖ ਲਓ ਨਵਾਂ ਹੀ ਪਿਆ ਅਜੇ ਤੱਕ ਨਾ ਇੰਨਾ ਪੱਕਾ ਬਣਾਇਆ ਹੋਇਆ ਇੰਨੇ ਪੱਕੇ ਲੋਹੇ ਦਾ ਬਣਾਇਆ ਹੋਇਆ ਕਰੋ ਗੱਲ ਮੈਨੂੰ ਸਭ ਤੋਂ ਵਧੀਆ ਆਵਲੀ ਲੱਗੀ ਆ ਇੱਕ ਆਵਲੀ ਵਧੀਆ ਲੱਗੀ ਆ ਇੱਕ ਮੈਨੂੰ ਆਵਲੀ ਵਧੀਆ ਲੱਗੀ ਆ ਇਹ ਤਾਂ ਆਪਾਂ ਵੀ ਭਗਤ ਸਿੰਘ ਵਾਲੀ ਮੂਵੀ 'ਚ ਵੇਖੀ ਆ ਅਤੇ ਹੁਣ ਜੇ ਆਪਾਂ ਇੱਧਰਲੀ ਸਾਈਡ ਆ ਜਾਂਦੇ ਹਾਂ ਕਰੋ ਗੱਲ ਬਾਈ ਮੈਂ ਕਿਹਾ ਸੀ ਨਾ ਆਏ ਗਏ ਸਿੱਖ ਸੋਲਜਰ ਦੇਖ ਲਓ ਬਗਾਨੇ ਆ ਪ੍ਰੋਪਰ ਕਰੋ ਗੱਲ ਇਹ ਆਪਣੇ ਸਿੱਖ ਸੋਲਜਰ ਹੈਗੇ ਆ ਜੀ ਅਮਰੀਕਾ ਦੇ ਇੱਕ ਵੱਡੇ ਮਿਊਜ਼ੀਅਮ ਦੇ ਵਿੱਚ ਭਾਈ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਂ ਇਹਦੇ ਕਰਕੇ ਆਇਆ ਹਨਾ ਮੈਂ ਇਹੀ ਦੇਖਣਾ ਚਾਹੁੰਦਾ ਸੀਗਾ ਕਿ ਸਿੱਖਾਂ ਨੂੰ ਮਾਣ ਮਿਲਿਆ ਇੱਥੇ ਕਿ ਨਹੀਂ ਮਿਲਿਆ ਅਮਰੀਕਾ ਵਰਗੀ ਧਰਤੀ ਨੇ ਇੱਥੇ ਆਪਾਂ ਮਾੜਾ ਜਿਹਾ ਰੱਖ ਦਿੰਦੇ ਆਪਣੇ ਪੇਪਰ ਵਰਕ ਅਤੇ ਤੁਹਾਨੂੰ ਮੈਂ ਕਲੋਜ਼ ਅਪ ਲੈ ਕੇ ਵਿਖਾਉਂਦਾ ਇੱਦਾਂ ਦੇ ਸੂਰਮੇ ਹੁੰਦੇ ਸੀ ਬਾਈ ਆਪਣੇ ਪੰਜਾਬ ਦੇ ਪੱਗਾਂ ਵਾਲੇ ਸੂਰਮੇ ਨੇ ਇਹਨਾਂ ਨੂੰ ਅੱਜ ਤੱਕ ਜਾਣਿਆ ਜਾਂਦਾ ਹੈ ਕਿ ਬਾਈ ਵਰਲਡ ਵਾਰ 1 ਦੇ ਵਿੱਚ ਇਹਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਆ ਉਹਨਾਂ ਟਾਈਮਾਂ 'ਚ ਵੀ ਇਹਨਾਂ ਕੋਲ ਮਸ਼ੀਨ ਗੰਨਾਂ ਹੈਗੀਆਂ ਸਟੇਨ ਗੰਨਾਂ ਮਸ਼ੀਨ ਗੰਨਾਂ ਚੈੱਕ ਕਰੋ ਬਾਈ ਆਹ ਗੋਲੀਆਂ ਚੈੱਕ ਕਰੋ ਜਿਹੜੀਆਂ ਚਲਾਈਆਂ ਨਹੀਂ ਕਦੇ ਇਹ ਓਬਵੀਅਸ ਜੀ ਗੱਲ ਆ ਜਦੋਂ ਇਹਨਾਂ ਨੇ ਜ਼ਮੀਨ 'ਚ ਕੁੱਕ ਲੱਭਿਆ ਹੋਗਾ ਉਦੋਂ ਲੱਭੀਆਂ ਗੋਲੀਆਂ ਇਹ ਆਹ ਸਾਫ਼ ਸਫਾਈ ਦਾ ਸਾਜੋ ਸਮਾਨ ਇਹਨਾਂ ਦਾ ਕਿਆ ਬਾਤ ਆ ਬਾਬੇ ਉਹ ਬਾਇਨੋਕੁਲਰਸ ਦੂਰਬੀਨ ਗੱਲਬਾਤ ਆ ਬਾਈ ਗੱਲਬਾਤ ਆ ਇੱਥੇ ਕੀ ਚੀਜ਼ ਆ ਇੱਥੇ ਇਹ ਵਾਲੇ ਜਿਹੜੇ ਫੌਜੀ ਹੁੰਦੇ ਸੀਗੇ ਹੈ ਨਾ ਉਹਨਾਂ ਦੇ ਸਾਜੋ ਸਮਾਨ ਆ ਪਾਣੀ ਦੀਆਂ ਬੋਤਲਾਂ ਇੱਦਾਂ ਦੇ ਬੰਕਰ The water could neither seep down nor run off on this impermeable bunker on the hill. Our trenches served as its channel. After every downfall, we have to go down. These rifles are in the soldiers.
ਉਹਨਾਂ ਦੇ ਬਿੱਲੇ। ਅੱਛਾ ਕੈਨੇਡਾ ਵਾਲੇ ਵੀ ਗਏ ਸੀ, ਆਹ ਵੇਖੋ ਕੈਨੇਡੀਅਨ ਕੈਬ ਬੈਚ ਤੋਂ ਕੈਨੇਡਾ ਵਾਲੇ ਵੀ ਜਾ ਕੇ ਲੜੇ ਆ ਜੰਗ 'ਚ। ਹੈ ਬਾਈ ਵਧੀਆ ਵਧੀਆ ਬਾਈ ਵਧੀਆ। ਆ ਤੋਪਾਂ ਦੇ ਵਿੱਚ ਆ ਮੋਟਰਸਾਈਕਲ ਆ ਬਾਈ, ਵਰਲਡ ਵਾਰ 1 ਦੇ ਟਾਈਮ ਦਾ ਵੇਖੋ। ਉਵੇਂ ਦਾ ਉਵੇਂ ਹੀ ਪਿਆ, ਕਹਿੰਦੇ ਚਾਹੇ ਹੁਣੇ ਯੂਜ਼ ਕਰ ਲਓ। ਅੱਛਾ ਪੈਂਡਲ ਵੀ ਯੂਜ਼ ਕਰ ਸਕਦੇ ਸੀਗੇ, ਜੇ ਕਿਤੇ ਬੰਦ ਹੋ ਜਾਵੇ ਤਾਂ ਕਰੋ ਗੱਲ। ਆਹ ਵੇਖੋ ਬਾਈ ਲੈਂਡ ਮਾਈਨਸ, ਗ੍ਰੇਨੇਡਸ, ਉਤਰੀ ਕਰੋ ਗੱਲ। ਆਹ ਕਿੰਨਾ ਜਿਹਾ ਗ੍ਰੇਨੇਡ ਆ ਨਾ ਬਾਈ, ਮਰ ਗਏ ਭੱਜੋ ਭੱਜੋ ਬਾਈ, ਡਰ ਹੀ ਲੱਗਦਾ। ਜਿਹੜੇ ਜਿਹੜੇ ਵਿਚਾਰੇ ਲੜਦੇ ਹੋਣਗੇ ਉਹ ਕਿੱਦਾਂ ਲੜਦੇ ਹੋਣਗੇ ਯਾਰ, ਇਹਨਾਂ ਨੇ ਸਕਰੀਨਾਂ ਲਾਈਆਂ ਹੋਈਆਂ। ਆਹ ਵੇਖੋ ਬਾਈ ਇੱਥੇ ਇਹਨਾਂ ਨੇ ਹੋਰ ਵੀ ਵਧੀਆ ਤਰੀਕੇ ਨਾਲ, ਕਹਿੰਦੇ ਗੰਨਾ ਅਤੇ ਕੱਪੜੇ ਜ਼ਿਆਦਾ ਨੇ ਪੂਰੇ ਮਿਊਜ਼ੀਅਮ ਦੇ ਵਿੱਚ ਨਾ। ਅੱਛਾ USA ਵਾਲੇ ਨੇ, ਇਹ USA ਵਾਲਿਆਂ ਦਾ ਸਮਾਨ ਆ ਸਾਰਾ, US ਦੀ ਡਰੈਸ, US ਦੀ ਵਰਦੀ, ਰਾਈਫਲਾਂ ਇਹਨਾਂ ਦੀਆਂ, ਕਿਆ ਬਾਤਾਂ ਬਾਈ। ਅੱਛਾ ਵਿੱਚ ਵਿੱਚ ਲੱਕੜਾਂ ਦੀਆਂ ਨਕਲੀ ਰਾਈਫਲਾਂ ਰੱਖੀਆਂ ਹੋਈਆਂ ਟ੍ਰੇਨਿੰਗ ਵਾਸਤੇ ਹੈ ਨਾ। ਪੰਪ, ਡਰੰਮ, ਗ੍ਰੇਨੇਡ ਵੀ ਪਿਆ ਹੀ ਹੋਏ, ਕਰੋ ਗੱਲ। ਆਹ ਵੇਖੋ ਬਾਈ ਮਸ਼ੀਨ ਗੰਨ, ਆਟੋਮੈਟਿਕ, ਇੱਦਾਂ ਦੀ ਵਜ੍ਹਾ ਇੱਦਾਂ ਦੇ ਟੈਂਟ 'ਚ ਰਹਿੰਦੇ ਸੀ ਸੋਲਜਰ, ਕਰੋ ਗੱਲ। ਆਹ ਘੋੜਾ ਗੱਡੀਆਂ ਹੁੰਦੀਆਂ ਸੀ, ਮੋਸਟ ਲਾਈਕਲੀ ਆਈ ਥਿੰਕ ਇਹਨਾਂ 'ਚ ਤੋਪਾਂ ਹੀ ਜਾਂਦੀਆਂ ਹੋਣੀਆਂ, ਤੋਪਾਂ ਜਾਂ ਸਮਾਨ ਜਾਂ ਜਿਹੜੀਆਂ ਗੋਲੀਆਂ ਹੁੰਦੀਆਂ ਸੀ ਇੱਦਾਂ ਦੇ ਘੋੜੇ। ਜਾਂ ਬਾਈ ਇੱਧਰ ਨੂੰ ਆਈ ਆ ਵਰਦੀਆਂ ਬਾਈ ਸੋਲਜਰਸ ਦੀਆਂ। ਬਾਈ ਇੱਕ ਜੈਕਟ ਦੇ ਦਿਓ ਯਾਰ ਮੈਨੂੰ ਪਲੀਜ਼, ਇੱਕ ਜੈਕਟ ਦੇ ਦਿਓ। ਔਰ ਇਹ ਦੇਖ ਲਓ ਜਿੰਨੀਆਂ ਵਰਦੀਆਂ ਨਾ, ਜਿੰਨੇ ਕੋਟ ਨੇ, ਕੋਈ ਮੋਟਾ ਨਹੀਂ ਹੈਗਾ, ਸੋਰੀ ਫਿੱਟ ਵੇਖੋ। ਇੱਥੇ ਇਹਨਾਂ ਨੇ ਗੱਡੀ ਲਾਈ ਹੋਈ ਆ ਉਸ ਟਾਈਮ ਦੀ ਸੇਵ ਕਰਕੇ ਨਾ। ਆਹ ਵੇਖੋ ਬਾਈ ਫੋਰਡ ਦੀ ਗੱਡੀ ਆ, ਇੱਕ ਹਿਸਾਬ ਨਾਲ ਵੈਨ ਆ ਹੈ ਨਾ, ਇਹ ਪਿੱਛੇ ਬੈਠਣ ਨੂੰ ਥਾਂ ਹੋਣੀ ਹੈ ਇਹਦੇ 'ਚ। ਆਹੋ ਪਿੱਛੇ ਇਹਦੇ 'ਚ ਬੈਠਣ ਨੂੰ ਥਾਂ ਆ, ਸਹੀ ਬਾਰੇ ਇੱਥੇ ਸੋਲਜਰ ਬਹਿ ਕੇ ਜਾਂਦੇ ਹੋਣਗੇ। ਹੁਣ ਆਪਾਂ ਚੱਲਦੇ ਹਾਂ ਇੱਧਰ ਨੂੰ, ਇੱਥੇ ਬਲੈਕ ਸੋਲਜਰ ਸੀ, ਫਾਈਟ ਕੀਤੀ ਹੈ ਨਾ ਉਹਨਾਂ ਨੇ ਵੀ, ਉਹਨਾਂ ਨੇ ਵੀ ਦਿੱਤੀ ਹੈ ਸ਼ਹਾਦਤ, ਵਧੀਆ ਵਧੀਆ। ਆਹ ਵੇਖੋ ਬਾਈ ਇਹ ਨੇਵੀ ਦੀ ਹੈ ਨਾ, ਜਾਂ US ਨੇਵੀ ਦੀ ਵਰਦੀ ਆ ਇਹਨਾਂ ਦੀ ਗਨਸ ਬੈਚ। ਆ ਏਅਰਫੋਰਸ, ਜਾਂ ਏਅਰਫੋਰਸ ਦੇ ਜਹਾਜ਼ਾਂ ਦੇ ਪੱਖੇ, ਗੰਨਾ, ਬੰਬ, ਕਿਆ ਬਾਤ ਹੈ ਬਾਈ। ਮਤਲਬ ਇੱਕ ਹਿਸਟਰੀ ਨੂੰ ਵੇਖਣ ਦਾ ਮੌਕਾ ਮਿਲ ਰਿਹਾ ਤੁਹਾਨੂੰ ਵੀ ਮੇਰੇ ਨਾਲ, ਅਤੇ ਵੀਡੀਓ ਨੂੰ ਲਾਈਕ ਮਾਰੋ ਬਾਈ, ਤਾਂ ਕਿ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਤੱਕ ਸ਼ੇਅਰ ਹੋ ਸਕੇ, ਅਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਬਾਈ ਕਿੱਦਾਂ ਦਾ ਇਤਿਹਾਸ ਸੀਗਾ ਵਰਲਡ ਵਾਰ 1 ਦਾ, ਕੋਈ ਮਜ਼ਾਕ ਨਹੀਂ ਸੀ ਜਹਾਜ਼ ਨੇ। ਉਹਨਾਂ ਨੇ ਕੋਈ ਕੈਪਟਨ ਹੋਏ ਨੇ ਨਾ, ਉਹਨਾਂ ਦੀ ਫੋਟੋ ਹੈਗੀ ਆ। ਆਹ ਵੇਖੋ ਜੀ ਵਰਲਡ ਵਾਰ 1 ਦੇ ਟੈਂਕ, ਕਿਆ ਬਾਤ ਆ ਬਾਈ। ਓਰਿਜਨਲੀ ਡਿਸਪਲੇਡ ਬਾਏ, ਕਿੱਥੇ ਦਾ ਲਿਖਿਆ ਹੋਇਆ ਨਾਮ ਦੇਖੀਏ, ਜਿਹੜਾ ਨਹੀਂ ਕੈਮਰਾ ਇੰਨਾ ਵਧੀਆ ਨਹੀਂ ਆਈਫੋਨ ਦਾ। ਗੰਨਾ ਹੀ ਗੰਨਾ ਨੇ, ਜ਼ਿਆਦਾ ਗੰਨਾ ਨੇ, ਤੋਪਾਂ ਨੇ, ਮਤਲਬ ਜ਼ਿਆਦਾ ਅਸਲਾ ਹੀ ਉਸ ਟਾਈਮ ਯੂਜ਼ ਹੋਇਆ, ਤਾਂ ਓਬੀਅਸ ਜੀ ਗੱਲ ਆ, ਜੇ ਹਿਸਟਰੀ ਦੀ ਗੱਲ ਆਏਗੀ ਤਾਂ ਹਿਸਟਰੀ ਦੇ ਵਿੱਚ ਅਸਲਾ ਹੀ ਤੁਹਾਨੂੰ ਮਿਲੇਗਾ ਜ਼ਿਆਦਾ ਵਰਲਡ ਵਾਰ 1 ਦੇ ਵਿੱਚ। ਸੋ ਇਹ ਸੀਗਾ ਜੀ ਵਰਲਡ ਵਾਰ 1 ਦਾ ਮਿਊਜ਼ੀਅਮ, ਅਤੇ ਆਪਣੇ ਸਿੰਘਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਜਿਹੜੇ ਸਾਡੇ ਸਿੱਖ ਭਰਾ, ਸਾਡੇ ਵੱਡ ਵਡੇਰੇ, ਸਾਡੇ ਵੱਡੇ ਬਜ਼ੁਰਗ, ਜਿਨ੍ਹਾਂ ਸਾਨੂੰ ਅੱਜ ਇੰਨਾ ਮਾਣ ਬਖਸ਼ਿਆ, ਕਹਿੰਦੇ ਅਮਰੀਕਾ ਦੀ ਧਰਤੀ ਦੇ ਵਿੱਚ ਵੜਦੇ ਸਾਰ ਸਿੰਘਾਂ ਦੀ ਫੋਟੋ ਪਹਿਲੀ ਲੱਗੀ ਹੈ, ਤੁਸੀਂ ਵੇਖੋ। ਔਰ ਮੈਂ ਕਹਿੰਦਾ ਬਾਈ ਬਹੁਤ ਮਾਣ ਹੋ ਰਿਹਾ ਅੱਜ,
ਤੇ ਜੇ ਤੁਸੀਂ ਵੀ ਪੰਜਾਬੀ ਹੋ ਮੈਟਰ ਨਹੀਂ ਕਰਦਾ ਦੁਨੀਆ ਦੇ ਕਿਹੜੇ ਕੋਨੇ 'ਚੋਂ ਤੇ ਤੁਹਾਨੂੰ ਜ਼ਰੂਰ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਨਾ ਚਾਹੀਦਾ ਆ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਹਾਂ ਜਿਹੜੀਆਂ ਗੱਲਾਂ ਜਿਹੜੀਆਂ ਕਹਾਣੀਆਂ ਨੇ ਨਾ ਝੂਠੀਆਂ ਨਹੀਂ ਆ ਕਹਾਣੀਆਂ ਸੱਚੀਆਂ ਨੇ।